ਸਟਾਰਟ ਇਸ ਦਫ਼ਤਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਸਰਕਾਰ ਵੱਲੋਂ ਤਰੱਕੀ ਦੇ ਕੇਸ ਵਿੱਚ ਪਰਖ ਕਾਲ ਦਾ ਸਮਾਂ 1 ਸਾਲ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕਿ ਸਿੱਧੀ ਭਰਤੀ ਲਈ ਇਹ ਸਮਾਂ 2 ਸਾਲ ਨਿਸ਼ਚਿਤ ਹੈ, ਜੋ ਕਿ ਲੋੜ ਪੈਣ ਤੇ ਇਹਨਾਂ ਦੋਹਾਂ ਕੇਸਾਂ ਵਿੱਚ 3 ਸਾਲ ਤੱਕ ਵਧਾਇਆ ਜਾ ਸਕਦਾ ਹੈ। ਡੈਂਡੀ ਇਹ ਸਮਾਂ ਤਸੱਲੀ ਬਖਸ਼ ਪੂਰਾ ਕਰਨ ਜਾਂ ਨਾ ਪੂਰਾ ਕਰਨ ਨਾਲ ਸੰਬੰਧਿਤ ਕੇਸਾਂ ਬਾਰੇ ਵਿਭਾਗਾਂ ਵੱਲੋਂ ਜੋ ਕਾਰਵਾਈ ਕੀਤੀ ਜਾਣੀ ਹੈ ਉਸ ਦਾ ਵਰਣਨ ਸਪਸ਼ਟ ਤੌਰ ਤੇ ਵਿਭਾਗੀ ਸੇਵਾ ਨਿਯਮਾਂ ਵਿੱਚ ਕੀਤਾ ਗਿਆ ਹੈ। ਡੈਂਡੀ ਫਿਰ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਜੇ ਕਿਸੇ ਅਜਿਹੇ ਕਰਮਚਾਰੀ ਦਾ ਕੰਮ ਅਤੇ ਆਚਰਣ ਤਸੱਲੀ ਬਖਸ਼ ਨਾ ਹੋਵੇ ਜਾਂ ਉਸ ਨੇ ਨਿਸ਼ਚਿਤ ਵਿਭਾਗੀ ਪ੍ਰੀਖਿਆ ਪਾਸ ਨਾ ਕੀਤੀ ਹੋਵੇ ਤਾਂ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਉਸ ਦੀ ਸੇਵਾ ਸਮਾਪਤ ਕੀਤੀ ਜਾ ਸਕਦੀ ਹੈ ਜਾਂ ਉਸ ਅਸਾਮੀ ਤੇ ਉਸ ਨੂੰ ਰਿਵਰਟ ਕੀਤਾ ਜਾ ਸਕਦਾ ਹੈ ਜਿਸ ਅਸਾਮੀ ਤੇ ਸਿੱਧੀ ਭਰਤੀ ਤੋਂ ਪਹਿਲੇ ਉਸ ਦਾ ਲੀਅਨ ਰੱਖਿਆ ਗਿਆ ਸੀ। ਡੈਂਡੀ ਜੇਕਰ ਸਿੱਧੀ ਭਰਤੀ ਦਾ ਕੇਸ ਨਾ ਹੋਵੇ ਤਾਂ ਉਸ ਨੂੰ ਹੇਠਲੀ ਅਸਾਮੀ ਤੇ ਰਿਵਰਟ ਕੀਤਾ ਜਾ ਸਕਦਾ ਹੈ ਜਾਂ ਸੇਵਾ ਦੀਆਂ ਸ਼ਰਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਡੈਂਡੀ ਜੇਕਰ ਕੋਈ ਕਰਮਚਾਰੀ ਹਰ ਪੱਖ ਤੋਂ ਇਹ ਸਮਾਂ ਤਸੱਲੀ ਬਖਸ਼ ਮੁਕੰਮਲ ਕਰ ਲੈਂਦਾ ਹੈ ਤਾਂ ਇਸ ਬਾਰੇ ਸਮਰੱਥ ਅਧਿਕਾਰੀ ਵੱਲੋਂ ਬਕਾਇਦਾ ਹੁਕਮ ਜਾਰੀ ਕੀਤਾ ਜਾਵੇਗਾ। ਡੰਡੀ ਪਹਿਰਾ ਇਸ ਵਿਆਖਿਆ ਦੀ ਰੋਸ਼ਨੀ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਤੱਕ ਕੋਈ ਕਰਮਚਾਰੀ ਪਰਖ ਕਾਲ ਦੇ ਸਮੇਂ ਨੂੰ ਤਸੱਲੀ ਬਖਸ਼ ਪੂਰਾ ਨਹੀਂ ਕਰਦਾ ਉਦੋਂ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਉਸ ਅਸਾਮੀ ਲਈ ਯੋਗ ਹੈ ਜਾਂ ਨਹੀਂ। ਡੈਂਡੀ ਦੂਜੇ ਪਾਸੇ ਜੇਕਰ ਕੋਈ ਵਿਭਾਗ ਅਜਿਹੇ ਉਸ ਕਰਮਚਾਰੀ ਨੂੰ ਤਰੱਕੀ ਦੇ ਦਿੰਦਾ ਹੈ ਜੋ ਪਰਖ ਕਾਲ ਦਾ ਸਮਾਂ ਤਸੱਲੀ ਬਖਸ਼ ਢੰਗ ਨਾਲ ਮੁਕੰਮਲ ਨਹੀਂ ਕਰਦਾ ਤਾਂ ਫਿਰ ਪਰਖ ਕਾਲ ਦਾ ਸਮਾਂ ਨਿਸ਼ਚਿਤ ਕਰਨ ਦਾ ਮੰਤਵ ਹੀ ਸਮਾਪਤ ਹੋ ਜਾਂਦਾ ਹੈ ਜੋ ਕਿ ਹਦਾਇਤਾਂ ਦੇ ਵਿਪਰੀਤ ਹੈ। ਡੈਂਡੀ ਪਰ ਵੇਖਣ ਵਿੱਚ ਆਇਆ ਹੈ ਕਿ ਕੁਝ ਵਿਭਾਗਾਂ ਵੱਲੋਂ ਇਸ ਵਿਸ਼ੇ ਤੇ ਸਵੈ ਸਪਸ਼ਟ ਹਦਾਇਤਾਂ ਜਾਰੀ ਹੋਣ ਦੇ ਬਾਵਜੂਦ ਕਰਮਚਾਰੀਆਂ ਨੂੰ ਪਰਖ ਕਾਲ ਦੇ ਸਮੇਂ ਤੋਂ ਪਹਿਲਾਂ ਉਹਨਾਂ ਦਾ ਕੇਸ ਤਰੱਕੀ ਲਈ ਵਿਚਾਰਿਆ ਜਾਂਦਾ ਹੈ ਅਤੇ ਸੰਬੰਧਿਤ ਕਰਮਚਾਰੀ ਨੂੰ ਇਸ ਸਮੇਂ ਦੌਰਾਨ ਤਰੱਕੀ ਵੀ ਦੇ ਦਿੱਤੀ ਜਾਂਦੀ ਹੈ। ਡੰਡੀ ਅਜਿਹੀ ਸਥਿਤੀ ਖੇਦਜਨਕ ਹੈ ਜਿਸ ਤੇ ਕਈ ਇਤਰਾਜ਼ ਪ੍ਰਾਪਤ ਹੋਏ ਹਨ। ਡੰਡੀ ਇਸ ਲਈ ਨਿਰਣਾ ਲਿਆ ਗਿਆ ਹੈ ਕਿ ਭਵਿੱਖ ਵਿੱਚ ਕਿਸੇ ਵੀ ਕੇਸ ਨੂੰ ਵਿਚਾਰਨ ਤੋਂ ਪਹਿਲਾਂ ਇਹ ਤਸੱਲੀ ਕਰ ਲਈ ਜਾਵੇ ਕਿ ਅਤੇ ਇਹ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇ ਕਿ ਸੰਬੰਧਿਤ ਕਰਮਚਾਰੀ ਨੇ ਪਰਖ ਕਾਲ ਦਾ ਸਮਾਂ ਤਸੱਲੀ ਬਖਸ਼ ਢੰਗ ਨਾਲ ਪੂਰਾ ਕਰ ਲਿਆ ਹੈ। ਡੰਡੀ